ਤੇ ਲਾਰਾ ਲਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਧਰਨਿਆਂ 'ਚ ਬਿਠਾਉਣ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ ਇੱਕ ਸਾਲ ਤੋਂ ਨਾ ਸੁਣਨ ਵਾਲੀ ਸਰਕਾਰ ਮੁਰਦਾਬਾਦ ਮੁਰਦਾਬਾਦ दोस्तों जिवें तुहानूं पता है कि आपां नित नवे मुद्दे लैके तुहाडे सामने हाजिर हुंदे रहिंदे आ। अज फिरोजपुर टीवी दी टीम जो चंडीगढ़ पहुंची सी इत्थे जो एआई वर्कर ने अपने पशु धन भवन दे मूहरे जो वैटनरी एआई वर्कर पिछले 11 महीनों तो धरना लगा के बैठे ने सरकार कोलों इन्हां दीआं कुछ डिमांडां वा कुछ रोसे आ। आओ इन्हां नाल गल्लबात करदे आ कि पिछले 11 महीनों तो इत्थे सड़कां दे उपर इस भवन के अगे धरना ला के बैठे ने की इन्हां दी मुख डिमांड की है। हाँ जी बाई जी की नाम की तुहाडा ते इत्थे तुहानूं कितना समा हो गया बैठे नूं जी? मेरा नाम मक्खन सिंह है जी, जिला मानसा। सानूं 11 महीने हो गए जी इत्थे बैठे। की अपनी बाई जी डिमांड की है तुहाडी? असीं 12 साल तो बिना तनखाह तो कम कर रहे हैं ते साडी मंग है भी सानूं रेगूलर किया जाए। किहड़े विभाग दे विच तुसीं कम कर रहे हो जी? असीं पशु पालन विभाग पंजाब। ਤੁਹਾਡੀ ਜਿਹੜੀ 12 ਸਾਲ ਤੋਂ ਤੁਸੀਂ ਕਹਿ ਰਹੇ ਹੋ ਕਿ ਕੰਮ ਕਰ ਰਹੇ ਆ, ਤੁਹਾਨੂੰ ਜਿਹੜੀ ਸਰਕਾਰੀ ਸਹੂਲਤਾਂ ਨਹੀਂ ਦਿੱਤੀਆਂ ਜਾ ਰਹੀਆਂ ਤੁਸੀਂ? ਹਾਂਜੀ, ਕੋਈ ਸਹੂਲਤ ਨਹੀਂ ਦਿੱਤੀ ਜਾਂਦੀ। ਜਿਹੜਾ ਸਰਕਾਰ ਵੱਲੋਂ ਕੋਈ ਜਿਹੜਾ ਕਿਹਾ ਜਾਂਦਾ ਕਿ ਪਸ਼ੂਆਂ ਲਈ ਜਿਹੜੇ ਆਪਣੇ ਵਰਕਰ ਤੈਅ ਕੀਤੇ ਜਾਂਦੇ ਆ ਜਾਂ ਰੈਗੂਲਰ ਬੰਦੇ ਕੀਤੇ ਜਾਂਦੇ ਆ, ਤੁਸੀਂ ਕਹਿ ਰਹੇ ਹੋ ਕਿ ਸਾਨੂੰ ਕੁਝ ਨਹੀਂ ਮਿਲਿਆ? ਹਾਂ ਜੀ। ਪਰ ਤੁਸੀਂ ਕੀ ਕਹਿਣਾ ਚਾਹੋਗੇ? ਪੰਜਾਬ ਸਰਕਾਰ ਤਾਂ ਕਹਿ ਰਹੀ ਆ ਕਿ ਅਸੀਂ ਇੰਨੀਆਂ ਨੌਕਰੀਆਂ ਦੇ ਦਿੱਤੀਆਂ, ਇੰਨੇ ਬੰਦੇ ਰੁਜ਼ਗਾਰ ਦਿੱਤਾ, ਇੰਨਿਆਂ ਨੂੰ 20,000 ਨੌਕਰੀ ਪੰਜਾਬ ਦੇ ਵਿੱਚ ਆਉਂਦੀ ਸਰਕਾਰ ਨੇ ਕਹਿੰਦਾ ਦਿੱਤਾ ਤੇ, ਪਰ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਕੰਮ ਨਹੀਂ ਮਿਲ ਰਿਹਾ? ਨਹੀਂ, ਸਾਨੂੰ ਜਿੰਨਾ ਚਿਰ ਸਾਨੂੰ ਕੁਛ ਨਹੀਂ ਮਿਲਦਾ ਜੀ ਅਸੀਂ ਤਾਂ ਨਹੀਂ ਉਹ ਕਰ ਸਕਦੇ। ਤੁਹਾਡੀ 11 ਮਹੀਨਿਆਂ ਦੀ ਮਿਹਨਤ ਇੱਥੇ ਸਰਕਾਰ ਨੂੰ ਕਿਵੇਂ ਦੇਖਦੇ ਹੋ ਕਿ ਤੁਹਾਡੀ ਗੱਲ ਕਿਉਂ ਨਹੀਂ ਸੁਣ ਰਹੀ? ਸਾਡੀ ਸਰਕਾਰ ਜਿਹੜੇ ਹੀ ਉਹ ਹੈ ਅਫਸਰਸ਼ਾਹੀ ਹੈ, ਮੰਨ ਲਓ ਜੇ ਤਾਂ ਗੱਲ ਨਹੀਂ ਪਹੁੰਚਾ ਰਹੀ ਸਾਡੀ ਇੱਥੋਂ ਦੀ ਅਤੇ ਜਾਂ ਸਰਕਾਰ ਨਿਕੰਮੀ ਕਾਰਨ ਕਰਕੇ ਉਹ ਕਰ ਰਿਹਾ। ਪਿਛਲੇ 11 ਮਹੀਨਿਆਂ ਤੋਂ ਤੁਹਾਨੂੰ ਇੱਥੇ ਸਰਕਾਰ ਨੇ ਕੋਈ ਆ ਕੇ ਤੁਹਾਨੂੰ ਭਰੋਸਾ ਦਿੱਤਾ ਹੋਵੇ ਜ਼ੁਬਾਨੀ ਜਾਂ ਲਿਖਤੀ ਜਾਂ ਤੁਹਾਨੂੰ ਧਰਨਾ ਉਠਾਉਣ ਦੀ ਗੱਲ ਕੀਤੀ ਹੋਵੇ? ਨਹੀਂ ਜੀ, ਆਪਣੇ ਮੀਟਿੰਗਾਂ ਤਾਂ ਚੱਲਦੀਆਂ ਰਹਿੰਦੀਆਂ ਸਾਡੇ ਪ੍ਰਧਾਨ ਸਾਹਿਬ ਨਾਲ। ਸਾਡੇ ਨਾਲ ਇੱਕ ਹੋਰ ਇਹ ਵਰਕਰ ਜੁੜੇ ਨੇ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ। ਹਾਂਜੀ ਬਾਈ ਜੀ, ਕੀ ਤੁਹਾਡੀ ਸਰਕਾਰ ਨੂੰ ਲੈ ਕੇ ਕੀ ਜਿਹੜੀ ਗਤੀਵਿਧੀ ਤੁਹਾਡੀ ਧਰਨੇ ਚੱਲ ਰਹੀ ਹੈ ਜੀ? ਮੇਰਾ ਨਾਮ ਜਰਨੈਲ ਸਿੰਘ ਹੈ ਜੀ ਅਤੇ ਜ਼ਿਲ੍ਹਾ ਮਾਨਸਾ ਜੀ। ਗਤੀਵਿਧੀ ਇਹਦੇ ਵਿੱਚ ਇਹ ਹੈ ਜੀ, ਸਾਨੂੰ 11 ਮਹੀਨਿਆਂ ਤੋਂ ਲੈ ਕੇ ਸਰਕਾਰ ਨੇ ਲਾਰੇ 'ਤੇ ਲਾਰਾ ਰੱਖਿਆ, ਅੱਜ ਤੱਕਰ ਉਸ ਕਦਮ ਤੀਕਰ ਕੋਈ ਨਹੀਂ ਪਹੁੰਚਾਇਆ। ਜਦੋਂ ਵੀ ਕਿਤੇ ਡਾਇਰੈਕਟਰ ਸਾਹਿਬ ਨਾਲ ਗੱਲ ਕਰਦੇ ਹਾਂ, ਹਰ ਇੱਕ ਡਾਇਰੈਕਟਰ ਸਾਹਿਬ, ਇਹ ਤੋਂ ਪਹਿਲਾਂ 3 ਤਾਂ ਡਾਇਰੈਕਟਰ ਸਾਹਿਬ ਹੀ ਬਦਲ ਚੁੱਕੇ ਹੈ, ਹੁਣ ਤੀਸਰੇ ਆ ਚੁੱਕੇ ਹੈ, ਅਤੇ ਹਰ ਇੱਕ ਕਹਿੰਦੇ ਆ ਵੀ ਮੈਂ ਕਰਕੇ ਜਾਊਂਗਾ ਕਰਕੇ ਜਾਊਂਗਾ, ਕੋਈ ਵੀ ਲਾਰੇ ਤੋਂ ਬਿਨਾਂ ਕੁਛ ਵੀ ਨਹੀਂ। 2 ਮੰਤਰੀ ਸਾਹਿਬ ਬਦਲ ਚੁੱਕੇ ਹੈ, ਜਦੋਂ ਨੂੰ ਅਸੀਂ ਕਿਸੇ ਗੱਲ ਦੇ ਨਤੀਜੇ 'ਤੇ ਪਹੁੰਚਦੇ ਹਾਂ ਗੱਲੀ ਗੱਲੀ, ਨਾ ਕੋਈ ਲਿਖਤੀ ਰੂਪ 'ਚ ਦਿੱਤਾ ਸਾਨੂੰ ਸਰਕਾਰ ਨੇ ਅੱਜ ਤੱਕਰ, ਨਾ ਕੋਈ ਭਰੋਸਾ ਦਵਾਇਆ ਲਿਖਤੀ ਰੂਪ 'ਚ। ਜਦੋਂ ਅਸੀਂ ਗੱਲੀ ਗੱਲ ਲਈ ਪਹੁੰਚਦੇ ਹਾਂ ਸਰਕਾਰ ਦੇ ਕਿਸੇ ਨਤੀਜੇ 'ਤੇ, ਤਾਂ ਉਦੋਂ ਨੂੰ ਮੰਤਰੀ ਚੇਂਜ ਕਰ ਦਿੰਦੇ ਹੈ, ਫਿਰ ਨਵਾਂ ਆ ਜਾਂਦਾ ਹੈ। ਹੁਣ ਫਿਰ ਡਾਇਰੈਕਟਰ ਸਾਹਿਬ ਮੈਡਮ ਆਈ ਹੋਈ ਹੈ, ਇਹਨਾਂ ਨਾਲ ਕੱਲ੍ਹ ਗੱਲਬਾਤ ਹੋਈ, ਪ੍ਰਿੰਸੀਪਲ ਬੁੱਧ ਰਾਮ ਨੇ ਵੀ ਇਹਨਾਂ ਨੂੰ ਪੁੱਛਿਆ ਤਾਂ ਕਹਿੰਦੇ ਜੀ ਸਾਨੂੰ ਤਾਂ ਕੋਈ ਪਤਾ ਨਹੀਂ ਹੈਗਾ ਅਤੇ ਅਸੀਂ ਤਾਂ ਨਵੇਂ ਆਏ ਹਾਂ। ਜਦੋਂ ਸਾਡੇ ਮਹਿਕਮੇ ਦੇ ਅਧਿਕਾਰੀਆਂ ਨੂੰ ਤੱਕਰ ਨਹੀਂ ਪਤਾ ਤਾਂ ਫਿਰ ਸਾਡਾ ਹੱਲ ਕਿਵੇਂ ਬਣੂਗਾ ਜੀ? ਇਹਦੇ ਵਿੱਚ ਅਸੀਂ ਸਰਕਾਰ ਤੋਂ ਪਰਜੋਰ ਮੰਗ ਕਰਦੇ ਹਾਂ ਕਿ ਸਾਡਾ ਹੱਲ ਕੀਤਾ ਜਾਵੇ, ਅਤੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਦੇ ਹਾਂ, ਮੁੱਖ ਮੰਤਰੀ ਜੀ ਨੂੰ, ਵੀ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਸੀ ਅਸੀਂ ਇੱਕ ਧਰਨਾ ਨਹੀਂ ਲੱਗਣ ਦਿੰਦੇ, ਸਾਨੂੰ 11 ਮਹੀਨਿਆਂ ਤੋਂ ਲੈ ਕੇ ਬੈਠੇ ਹਾਂ, 11 ਮਹੀਨਿਆਂ ਤੋਂ ਲੈ ਕੇ ਅੱਜ ਤੱਕਰ ਕੋਈ ਵੀ ਸੁਣਵਾਈ ਨਹੀਂ ਹੋਈ, ਕਿਉਂਕਿ ਇੱਕ ਮੀਟਿੰਗ ਸਾਡੀ ਹੋਈ ਸੀ ਸਾਡੇ ਪ੍ਰਧਾਨਾਂ ਜੀਆਂ ਦੀ, ਜਿਹਦੇ ਵਿੱਚ ਸਾਨੂੰ ਭਰੋਸਾ ਦਵਾਇਆ ਗਿਆ ਸੀ ਕਮੇਟੀ ਵੱਲੋਂ, ਅਤੇ ਜਿਸ ਦੇ ਵਿੱਚ ਆਪਣੇ ਕਮੇਟੀ ਦੇ ਜਿੰਨੇ ਵੀ ਸਰਕਾਰ ਵੱਲੋਂ ਲਾਏ ਗਏ ਆ ਮੰਤਰੀ, ਉਹ ਵੀ ਸੀ ਕੁਲਦੀਪ ਸਿੰਘ ਧਾਲੀਵਾਲ, ਅਤੇ ਆਪਣੇ ਦੂਸਰੇ ਮੰਤਰੀ ਵੀ 3 ਸੀਗੇ, ਸਾਡਾ ਆਪਣਾ ਮੰਤਰੀ ਵੀ ਸੀ, ਅਤੇ ਜਿਸ ਦੇ ਵਿੱਚ ਸਾਨੂੰ ਭਰੋਸਾ ਦਵਾਇਆ ਸੀ, ਉਹ ਅੱਜ ਤੱਕਰ ਵੀ ਅਮਲ 'ਚ ਨਹੀਂ ਲਿਆਂਦਾ ਗਿਆ, ਕਿਉਂਕਿ ਜਵਾਨੀ ਇਨਕਲਾਬੀ ਸਾਨੂੰ ਹਰ ਵਾਰ ਕਹਿ ਦਿੰਦੇ ਆ ਮੰਤਰੀ ਵੀ ਹਾਂ ਤੁਹਾਡਾ ਕਰਾਂਗੇ ਕਰਾਂਗੇ, ਪਰ ਲਿਖਤੀ ਰੂਪ 'ਚ ਕੁਛ ਵੀ ਨਹੀਂ ਹਜੇ ਤੱਕਰ ਸਾਨੂੰ ਮਿਲਿਆ।
ਅਤੇ 11 ਮਹੀਨੇ ਟਪਾ ਦਿੱਤੇ ਆ। ਅਸੀਂ ਇਸ ਸਰਕਾਰ ਨੂੰ ਫੇਲ ਸਰਕਾਰ ਗਿਣਦੇ ਹਾਂ। ਇੱਕ ਪਾਸੇ ਤਾਂ ਕਹਿ ਰਹੀ ਸੀ ਸਰਕਾਰ ਅਸੀਂ ਧਰਨਾ ਇੱਕ ਨਹੀਂ ਲੱਗਣ ਦਿੰਦੇ, ਅਤੇ ਸਾਨੂੰ 11 ਮਹੀਨਿਆਂ ਤੋਂ ਲੈ ਕੇ ਇੱਥੇ ਦੇਖੋ ਜੀ ਮੀਂਹ ਹਨੇਰੀ ਸਿਆਲ ਜਿੰਨੀਆਂ ਵੀ ਲੋਹੜੀ ਦਿਵਾਲੀ ਸਾਰੇ ਤਿਉਹਾਰ ਸਾਡੇ ਇੱਥੇ ਟੱਪ ਗਏ ਹੈ, ਅਤੇ ਹੁਣ 15 ਦਿਨਾਂ ਨੂੰ ਸਾਡੇ ਪੂਰੇ 12 ਮਹੀਨੇ ਹੋ ਜਾਣੇ ਆ। ਅਜੇ ਤੱਕ ਸਰਕਾਰ ਨੇ ਸੜਕਾਂ 'ਤੇ ਰੋਲ ਰੱਖਿਆ, ਨਿਕੰਮੀ ਸਰਕਾਰ ਹੈ, ਨਾ ਸਾਡੀ ਸੁਣਦੀ ਹੈ ਨਾ ਗਿਣਦੀ ਹੈ। ਕਿਸੇ ਵੀ ਮੌਕੇ ਸਾਨੂੰ ਆਪਣੇ ਆਪ ਕਹਿ ਦਿੰਦੇ ਆ ਗੱਲ ਵੀ ਹਾਂ ਇਸ ਤਰ੍ਹਾਂ ਤੁਹਾਡਾ ਕਰਦਾ, ਇਹ ਕੁਛ ਵੀ ਨਹੀਂ ਕਰ ਰਹੇ, ਜਮਾਂ ਫੇਲ ਸਰਕਾਰ ਹੈ। ਇਹਦੇ ਵਿੱਚ ਅਸੀਂ ਸਰਕਾਰ ਨੂੰ ਪੂਰਾ ਜੱਚ ਕੇ ਵਿਰੋਧ ਕਰਦੇ ਹਾਂ ਸਰਕਾਰ ਦਾ, ਕਿਉਂਕਿ ਸਰਕਾਰ ਕਿਸੇ ਵੀ ਠੋਸ ਕਦਮ 'ਤੇ ਨਹੀਂ ਚੱਲ ਰਹੀ। ਪਸ਼ੂ ਪਾਲਣ ਡਾਇਰੈਕਟਰ ਮੁਰਦਾਬਾਦ, ਪਸ਼ੂ ਪਾਲਣ ਮੰਤਰੀ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਸਾਡਾ ਇੱਕ ਜਿੰਦਾਬਾਦ, ਸਾਡੇ ਹੱਕ ਨਾਰਾ ਲਾਉਣ ਵਾਲੀ ਸਰਕਾਰ, ਫੇਲ ਮੀਟਿੰਗਾਂ ਦਿਖਾਉਣ ਵਾਲੀ ਸਰਕਾਰ, ਫੇਲ ਮੀਟਿੰਗਾਂ ਦਿਖਾਉਣ ਵਾਲੀ ਸਰਕਾਰ, ਇੱਕ ਸਾਲ ਤੋਂ ਧਰਨੇ ਤੇ ਬੈਠਣ ਵਾਲੇ ਵਰਕਰਾਂ ਦੀ ਨਾ ਸੁਣਨ ਵਾਲੀ ਸਰਕਾਰ। ਦੋਸਤੋ, ਜਿਵੇਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿ ਰਹੀ ਕਿ ਸਾਡੀ ਸਰਕਾਰ ਦੇ ਵਿੱਚ ਜਿਹੜਾ ਕਿ ਅਸੀਂ ਧਰਨਾ ਮੁਜ਼ਾਹਰਾ ਨਹੀਂ ਹੋਣ ਦੇਵਾਂਗੇ ਸੜਕਾਂ 'ਤੇ, ਜੋ ਲੋਕਾਂ ਦੀਆਂ ਡਿਮਾਂਡਾਂ ਹੋਣਗੀਆਂ ਮੰਗਾਂ ਹੋਣਗੀਆਂ ਪਹਿਲੇ ਦਾ ਪਹਿਲ ਦੇ ਆਧਾਰ 'ਤੇ ਸੁਣੀਆਂ ਜਾਣਗੀਆਂ। ਪਰ ਤੁਸੀਂ ਦੇਖ ਸਕਦੇ ਹੋ ਅੱਜ ਪੰਜਾਬ ਦੇ ਥਾਂ ਥਾਂ ਦੇ ਜਗ੍ਹਾ ਦੇ ਉੱਪਰ ਧਰਨਾ ਲੱਗ ਰਿਹਾ, ਕੋਈ ਮੁੱਦੇ ਕੋਈ ਕਾਰਨਾਂ ਕਰਕੇ ਜਿਹੜੇ ਕਿ ਸਰਕਾਰ ਵੱਲੋਂ ਅਣਗੌਲੇ ਕੀਤੇ ਜਾ ਰਹੇ ਨੇ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੀਆਂ ਜਿਹੜੀਆਂ ਮੰਗਾਂ ਵਾ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਜੋ ਲੋੜੀਂਦੇ ਕਦਮ ਚੁੱਕੇ ਜਾਣ। ਸੋ ਜ਼ਰੂਰ ਜਿਹੜਾ ਪੰਜਾਬ ਨੂੰ ਵੀ ਬੇਨਤੀ ਕਰਦੇ ਹਾਂ ਹੋਰ ਦਰਦੀ ਲੋਕਾਂ ਨੂੰ ਕਿ AI ਵਰਕਰ ਵੀਰਾਂ ਦਾ ਜ਼ਰੂਰ ਇੱਥੇ ਸਹਿਯੋਗ ਦਿੱਤਾ ਜਾਵੇ। ਕਿ AI ਵਰਕਰ ਕਹਿ ਰਹੇ ਨੇ ਕਿ ਸਾਡੇ ਯੂਨੀਅਨ ਦੇ ਨਾਲ ਪ੍ਰਧਾਨਾਂ ਨਾਲ ਮੀਟਿੰਗ ਹੁੰਦੀ ਰਹਿੰਦੀ ਆ ਸਰਕਾਰ ਦੀ, ਪਰ ਸਾਨੂੰ ਅੱਜ ਤੱਕ ਕਿਸੇ ਵੀ ਨਤੀਜੇ 'ਤੇ ਜਿਹੜਾ ਸਰਕਾਰ ਨਹੀਂ ਲੈ ਕੇ ਜਾ ਰਹੀ। ਇਹਨਾਂ ਦੀਆਂ ਜੋ ਮੁੱਖ ਮੰਗਾਂ ਕਿ ਸਰਕਾਰ ਸਾਨੂੰ ਪੱਕੇ ਤੌਰ 'ਤੇ ਜਿਹੜੀ ਨੌਕਰੀਆਂ ਦੇਵੇ, ਅਤੇ ਜਿਹੜੇ 10-12 ਸਾਲਾਂ ਤੋਂ 15 ਸਾਲਾਂ ਤੋਂ ਜਿਹੜਾ ਅਸੀਂ ਕੰਮ ਕਰ ਰਹੇ ਹਾਂ, ਸਾਨੂੰ ਜਿਹੜੀ ਸਹੂਲਤਾਂ ਜਿਹੜੀਆਂ ਬਣਦੀਆਂ ਸਰਕਾਰੀ ਉਹ ਮੁਹੱਈਆ ਕਰਵਾਈਆਂ ਜਾਣ। ਸਰਕਾਰ ਨੂੰ ਝੂਠੇ ਲਾਰਿਆਂ 'ਚ ਨਹੀਂ ਰੱਖਣਾ ਚਾਹੀਦਾ। ਪੰਜਾਬ ਦੇ ਨੁਮਾਇੰਦੇ ਜਿਹੜੇ ਵਰਕ ਕਰ ਰਹੇ ਨੇ ਜਾਂ ਅੱਗੇ ਤਰੱਕੀ ਵੱਲ ਲੈ ਕੇ ਜਾਣਾ ਚਾਹੁੰਦੇ ਨੇ, ਸਰਕਾਰ ਨੂੰ ਜ਼ਰੂਰ ਇਹਨਾਂ ਨੌਜਵਾਨਾਂ ਦੀਆਂ ਇਹਨਾਂ ਵਰਕਰਾਂ ਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਹਨ। ਫਿਰੋਜ਼ਪੁਰ TV ਤੋਂ ਤੁਹਾਡਾ ਕੁਲਦੀਪ ਸਿੰਘ ਸਨੇਹਰ, ਬਹੁਤ ਬਹੁਤ ਧੰਨਵਾਦ ਜੀ।